मैं जिला मास मीडिया अफसर दफ्तर सिविल सर्जन पटियाला अज 14 मई नूं शाम 6:30 बजे साढ़े जिले के कोविड की स्थिति है उसके बारे जानकारी देंगे साढ़े सिविल सर्जन पटियाला डॉक्टर हरीश मल्होत्रा जी। अज जिहड़े कल 103 सैंपल ले गए सी उन्हां चों 102 नैगेटिव आए ने ते कल रात एक जिहड़ा मजनू दा टिल्ला तो यात्री आए सी ਉਹ ਪੋਜ਼ਿਟਿਵ ਆਇਆ ਤੇ ਉਹਨਾਂ ਨੂੰ ਤੁਰੰਤ RRTT ਮਾਡਲ ਟਾਊਨ ਵੱਲੋਂ ਆਈਸੋਲੇਸ਼ਨ ਫੈਸਿਲਿਟੀ ਰਜਿੰਦਰਾ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ ਸੀ। ਬਾਕੀ ਅੱਜ ਖੁਸ਼ੀ ਦੀ ਗੱਲ ਇਹ ਹੈ ਕਿ 19 ਵਿਅਕਤੀ ਜਿਹੜੇ ਕਿ ਰਜਿੰਦਰਾ ਹਸਪਤਾਲ 'ਚ ਆਈਸੋਲੇਸ਼ਨ ਫੈਸਿਲਿਟੀ 'ਚ ਦਾਖਲ ਸੀਗੇ ਉਹ ਰਾਜੀ ਹੋ ਕੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਨੇ ਤੇ ਹੁਣ ਅੱਜ ਸਾਡੇ ਕੋਲ ਐਕਟਿਵ ਕੇਸਾਂ ਦੀ ਗਿਣਤੀ 58 ਹੈ। 44 ਕੇਸ ਸਾਡੇ ਪੂਰੀ ਤਰ੍ਹਾਂ ਕਿਉਰ ਹੋ ਕੇ ਜਾ ਚੁੱਕੇ ਨੇ, 2 ਦਾ ਸਵਰਗਵਾਸ ਹੋਇਆ ਤੇ 58 ਹੁਣ ਸਾਡੇ ਐਕਟਿਵ ਕੇਸ ਨੇ। 2033 ਅਸੀਂ ਸੈਂਪਲ ਲੈ ਚੁੱਕੇ ਆ ਜਿਨ੍ਹਾਂ 'ਚੋਂ 1863 ਨੈਗੇਟਿਵ ਆਏ ਨੇ, 104 ਪੋਜ਼ਿਟਿਵ ਨੇ ਤੇ ਬਾਕੀ 74 ਦੀ ਜਿਹੜੀ ਰਿਪੋਰਟ ਹੈ ਆਣੀ ਬਾਕੀ ਹੈ ਜਿਹੜੇ ਕਿ ਅੱਜ ਲਏ ਗਏ ਸੀ। ਇਸ ਤੋਂ ਇਲਾਵਾ ਇਕਾਂਤਵਾਸ ਵਿੱਚ ਜਿਹੜੇ ਸ਼ਰਧਾਲੂ ਯਾਤਰੀ ਜਾਂ ਮਜ਼ਦੂਰ ਭਰਾ ਰੱਖੇ ਗਏ ਨੇ ਉਹਨਾਂ ਵਾਸਤੇ ਉਹਨਾਂ ਨੂੰ ਮਾਨਸਿਕ ਤੌਰ 'ਤੇ ਸਸ਼ਕਤ ਕਰਨ ਵਾਸਤੇ ਸਾਡੇ ਕਾਉਂਸਲਰਸ ਉਹਨਾਂ ਨੂੰ ਪੂਰੀ ਤਰ੍ਹਾਂ ਟੀਚ ਕਰ ਰਹੇ ਨੇ, ਮਿਲ ਰਹੇ ਨੇ, ਉਹਨਾਂ ਨੂੰ ਸਿੱਖਿਆ ਦੇ ਰਹੇ ਨੇ ਵੀ ਕਿਵੇਂ ਮਾਨਸਿਕ ਤੌਰ 'ਤੇ ਸੁਦ੍ਰਿੜ ਹੋਣ ਨਾਲ ਅਤੇ ਚੰਗੀ ਖੁਰਾਕ ਨਾਲ ਅਸੀਂ ਇਸ ਬਿਮਾਰੀ 'ਤੇ ਜਿੱਤ ਪ੍ਰਾਪਤ ਕਰ ਸਕਦੇ ਹਾਂ। ਬਸ।